ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੇਬੀ ਟੀਵੀ। ਅੱਜ ਅਸੀਂ ਪਹੁੰਚੇ ਹਾਂ ਉੱਥੇ ਜਿੱਥੇ ਕਿ ਗਣਪਤੀ ਉਤਸਵ ਨੂੰ ਲੈ ਕੇ ਜਿਹੜੇ ਕਿ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ, ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਮੂਰਤੀਆਂ ਇੱਥੇ ਤਿਆਰ ਕੀਤੀਆਂ ਗਈਆਂ ਨੇ, ਜਿਹੜਾ ਕਿ ਮੂਰਤੀਆਂ ਦੇ ਵੀ ਨਾਮ ਅਲੱਗ ਅਲੱਗ ਰੱਖੇ ਗਏ ਨੇ। ਤੁਸੀਂ ਦੇਖ ਸਕਦੇ ਕਾਫੀ ਸਾਰੇ ਜਿਹੜੇ ਗਣਪਤੀ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਗਣਪਤੀ ਜੀ ਤਿਆਰ ਕੀਤੇ ਗਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਫੁੱਟ ਤੋਂ ਲੈ ਕੇ 5 ਫੁੱਟ ਤੱਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਤਿਆਰ ਕੀਤੇ ਗਣਪਤੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਹਾਂਜੀ ਆਂਟੀ ਜੀ, ਜਿਹੜੇ ਗਣਪਤੀ ਤਿਆਰ ਹੈ, ਕਿੰਨੇ ਤਰ੍ਹਾਂ ਦੇ ਗਣਪਤੀ ਹੈਗੇ? ਡਗਰੂ ਗਣੇਸ਼ ਜੀ ਹੈ, ਲਾਲ ਬਾਦਸ਼ਾਹ ਹੈ, ਪਗੜੀ ਵਾਲੇ ਹੈ, ਮੂਸ਼ਕ ਜੀ ਵਾਲੇ ਹੈ, ਬੜੇ ਕਾਨੋਂ ਵਾਲੇ ਹੈ। ਕਿੰਨੇ ਟਾਈਮ ਸੇ ਵੀ ਆਪ ਯਹਾਂ ਪੇ ਲਗਾ ਰਹੇ ਹੋ, ਕਿੰਨੇ ਟਾਈਮ ਸੇ, ਕਿੰਨੇ ਦੇਰ ਮੇਂ ਬਚਾ? ਸਾਲ ਹੋ ਗਏ ਹਮਕੋ ਇਧਰ ਲਗਾਤੇ ਹੋਏ ਹੈ। ਹਾਂਜੀ, ਜੋ ਉਤਸਾਹ ਕੈਸੇ ਦੇਖ ਰਹੇ ਹੋ ਕਿ ਜੋ ਪਬਲਿਕ ਆਤੀ ਹੈ, ਆਪ ਦੇਖ ਕੇ ਪਰੇਸ਼ਾਨ ਹੋ ਜਾਤੀ ਹੋਗੀ ਕਿ ਕੌਣ ਸਾ ਲੇ ਕੇ? ਡਿਜ਼ਾਈਨ ਦੇਖ ਕੇ ਕਨਫਿਊਜ਼ ਹੋ ਜਾਂਦੇ ਕਿ ਕੌਣ ਸੇ ਬਾਬਾ ਜੀ ਲੇ। ਉਸਕਾ ਜੋ ਪ੍ਰਾਈਸ ਹੈ ਵੋ ਹਰ ਕਿਸੀ ਕਾ ਅਲੱਗ ਅਲੱਗ ਪ੍ਰਾਈਸ ਹੈ, ਸਭ ਕਾ ਅਲੱਗ ਅਲੱਗ ਹੈ। ਕਿਤਨੇ ਤਰ੍ਹਾਂ ਕੇ ਜੋ ਗਣਪਤੀ ਹੈ ਇਸ ਵਾਰ ਆਪ ਲੇ ਕੇ ਆਏ ਹੋ? ਉਹ ਮੈਂ ਹਮਕੋ ਖੁਦ ਕੋ ਗਿਣਤੀ ਨਹੀਂ ਹੈ, ਹਮਨੇ ਗਿਣਨੇ ਕਾ ਟਾਈਮ ਹੀ ਨਹੀਂ ਲਗਾ। ਇਤਨਾ ਸਮੇਂ ਲਗਤਾ ਹੈ ਤਿਆਰ ਹੋਨੇ ਮੇਂ ਕਿ ਗਣਪਤੀ? 4 ਮਹੀਨੇ ਸੇ ਬਣਾ ਰਹੇ ਹਾਂ। 4 ਮਹੀਨੇ? ਹਾਂਜੀ। ਕਿੰਨੇ ਘੰਟੇ ਲੱਗਦੇ ਆ ਮੂਰਤੀਆਂ ਨੂੰ ਤਿਆਰ ਹੋਣ ਨੂੰ? ਉਹ ਤਾਂ ਸਭ ਇਕੱਠੇ ਲਗਾਤੇ ਹੈ ਨਾ, ਕਭੀ 10 ਪੀਸ ਬਣ ਗਿਆ, ਕਭੀ 8 ਬਣ ਗਿਆ, ਕਭੀ 5 ਪੀਸ ਬਣ ਗਿਆ, ਐਸੇ ਬਣਤਾ ਹੈ। ਲੋਕ ਲੈਣੇ ਆਤੇ ਹੈ, ਉਨਕੀ ਕੋਈ ਡਿਮਾਂਡ ਵੀ ਹੋਤੀ ਹੈ ਕਿ ਹਮੇ ਇਸ ਤਰ੍ਹਾਂ ਕਾ ਗਣਪਤੀ ਚਾਹੀਏ? ਹਾਂਜੀ, ਡਿਮਾਂਡ ਹੋਤੀ ਹੈ। ਕੋਈ ਬਾਲ ਗਣੇਸ਼ਾ ਮੰਗਤੇ ਹੈ, ਕੋਈ ਬੜੇ ਕਾਨੋਂ ਵਾਲੇ ਮੰਗਤੇ ਹੈ, ਕੋਈ ਪਗੜੀ ਵਾਲੇ ਮੰਗਤੇ ਹੈ, ਕੋਈ ਡਗਰੂ ਗਣੇਸ਼ ਮੰਗਤੇ ਹੈ। ਜੈਸੇ ਕਿ ਅਭੀ ਇਤਨੇ ਤਰ੍ਹਾਂ ਕੇ ਗਣਪਤੀ ਆਪਨੇ ਤਿਆਰ ਕੀਏ ਹੈ, ਨਏ ਮਾਡਲ ਲੈ ਕੇ ਆਏ ਹੋ, ਤੋ ਕਨਫਿਊਜ਼ ਵੀ ਹੋਤੇ ਹੋਗੇ ਕਿ ਕੌਣ ਸਾ ਗਣਪਤੀ ਲੈ ਕੇ ਜਾਏ? ਗਾ ਕਨਫਿਊਜ਼ ਹੋ ਜਾਂਦੇ ਕਿ ਕੌਣ ਸੇ ਵਾਲੇ, ਸਾਰੇ ਬਾਬਾ ਜੀ ਅੱਛੇ ਹੈ ਜੀ, ਐਸੇ ਕਹਤੇ ਹੈ। ਕੈਸੇ ਦੇਖ ਰਹੇ ਹੋ ਕਿ ਕਿਤਨੇ ਤਰ੍ਹਾਂ ਕੇ ਆਪਨੇ ਜੋ ਇਸ ਵਾਰ ਡਿਜ਼ਾਈਨ ਕੀਏ ਹੈ ਗਣਪਤੀ ਜੀ? ਹਾਂ, ਇਸ ਵਾਰ ਡਿਜ਼ਾਈਨ ਇਤਨੇ ਬਣਾਏ ਹੈ ਕਿ ਗਾ ਖੁਸ਼ ਹੋ ਕੇ ਲੈ ਕੇ ਜਾ ਰਹੇ। ਪਰਿਵਾਰਕ ਮੈਂਬਰ ਜਿਹੜੇ ਇੱਥੇ ਗਣਪਤੀ ਲੈਣ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਂਜੀ ਭਾਅ ਜੀ, ਤੁਸੀਂ ਇੱਥੇ ਗਣਪਤੀ ਲੈਣ ਆਏ ਪਏ ਹੋ, ਤੇ ਜਿਹੜੇ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ? ਭਾਅ ਜੀ, ਪਹਿਲੀ ਗੱਲ ਤਾਂ ਬਹੁਤ ਵਧੀਆ ਲੱਗਦਾ ਪਿਆ ਵੀ ਅਸੀਂ ਫਸਟ ਟਾਈਮ ਗਣਪਤੀ ਵਿਸਰਜਨ ਕਰਨਾ ਹੈ ਜੀ, ਹੈ ਨਾ। ਅਤੇ ਪਹਿਲੀ ਗੱਲ, ਇੱਥੇ ਉਹਨਾਂ ਕੋਲ ਕਹਿਣ ਦਾ ਮਤਲਬ, ਇੰਨੇ ਸੋਹਣੇ ਸੋਹਣੇ ਸਰੂਪ ਨੇ, ਇਹਨਾਂ ਕੋਲ ਸਮਝ ਨਹੀਂ ਆਉਂਦੀ ਵੀ ਕੀ ਲੈ ਕੇ ਜਾਈਏ ਅਤੇ ਕੀ ਛੱਡ ਕੇ ਜਾਈਏ। ਹੁਣ ਵੀ ਅਸੀਂ 10-12 ਸਰੂਪ ਸਿਲੈਕਟ ਕੀਤੇ ਆ, ਅਤੇ ਉਹਨਾਂ ਵਿੱਚੋਂ ਇੱਕ ਸਿਲੈਕਟ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ। ਹਾਂਜੀ, ਇਸੀ ਗੱਲਬਾਤ ਕੀਤੀ, ਸਰੂਪ ਵੀ ਕਾਫੀ ਹੈ, ਕੋਈ ਡਮਰੂ ਵਾਲੇ ਆ, ਕੋਈ ਪਗੜੀ ਵਾਲੇ ਆ, ਕਾਫੀ ਤਰ੍ਹਾਂ ਦੇ ਜਿਹੜੇ ਗਣਪਤੀ ਇਹਨਾਂ ਨੇ ਬਣਾ ਕੇ ਤੁਹਾਨੂੰ ਦਿਖਾ ਰਹੇ। ਅਤੇ ਹਾਂਜੀ ਸਰ, ਗੱਲਬਾਤ ਕੀ, ਇੱਥੇ ਇਹਨਾਂ ਨੇ ਨਾ ਹੁਣ ਐਤਕੀ ਸਰੂਪ ਬਹੁਤ ਜ਼ਿਆਦਾ ਬਣਾ ਲਏ ਆ, ਕੋਈ ਲੰਬੇ ਕੰਨ ਵਾਲੇ, ਵੱਡੇ ਕੰਨ ਵਾਲੇ ਬਣਾ ਤੇ ਆ, ਕੋਈ ਗੱਭਰੂ ਬਣਾ ਤੇ ਆ। ਇਹ ਸਾਡੇ ਮਨ 'ਚ ਜ਼ਿਆਦਾ ਕਨਫਿਊਜ਼ਨ ਕਰ ਦਿੱਤੀ ਵੀ ਅਸੀਂ ਕਿਹੜਾ ਲੈ ਕੇ ਜਾਈਏ, ਬਟ ਹਾਂਜੀ ਫਸਟ ਟਾਈਮ ਲੈ ਕੇ ਚੱਲੇ ਹਾਂ। ਫਸਟ ਟਾਈਮ ਲੈ ਕੇ ਜਾ ਰਹੇ ਹੋ, ਤਾਂ ਤੁਹਾਨੂੰ ਚੋਇਸ ਕਰਨ 'ਚ ਵੀ ਕਾਫੀ ਮੁਸ਼ਕਿਲ? ਹਾਂਜੀ, ਬਟ ਅਸੀਂ ਲੈ ਲਿਆ ਹੁਣ ਗੱਡੀ 'ਚ। ਹਾਂਜੀ, ਹੁਣ ਲੈ ਲਿਆ ਅਤੇ ਬਟ ਬਹੁਤ ਵਧੀਆ ਲੱਗਾ ਸਾਨੂੰ ਵੀ। ਚਲੋ, ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ, ਗਣਪਤ ਮਹਾਰਾਜ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਰਕਤਾਂ ਲੈ ਕੇ ਆਉਣ। ਅਸੀਂ ਫਸਟ ਟਾਈਮ ਕਰਨ ਲੱਗੇ ਹਾਂ। ਕੀ ਤੁਸੀਂ ਫਸਟ ਟਾਈਮ ਲੈ ਲੱਗੇ ਹੋ? ਫਸਟ ਟਾਈਮ ਤੁਸੀਂ ਗਣਪਤੀ ਜੀ ਲੈਣਾ? ਨਹੀਂ ਨਹੀਂ, ਤੀਸਰੀ ਵਾਰ ਲੈਣਾ ਹੈ। ਕਿੱਦਾਂ ਦੇਖੋ ਕਿ ਗਣਪਤੀ ਜੀ ਮਹਾਰਾਜ ਦੀਆਂ ਜਿਹੜੀਆਂ ਫੋਟੋਆਂ ਹੈ, ਮੂਰਤੀਆਂ ਕਾਫੀ ਤਰ੍ਹਾਂ ਦੀਆਂ ਬਣੀਆਂ ਹੋਈਆਂ। ਹਾਂਜੀ ਹਾਂਜੀ, ਅਲੱਗ ਅਲੱਗ ਤਰ੍ਹਾਂ ਦਾ, ਕੋਈ ਮਹਾਰਾਸ਼ਟਰ ਸਟਾਈਲ ਵੀ ਹੈ, ਕੋਈ ਅਲੱਗ ਅਲੱਗ ਸਟਾਈਲ ਦੇ ਹੈਗੇ ਨੇ ਸਰ ਜੀ। ਤੇ ਪਰੇਸ਼ਾਨੀ ਕੋਈ ਆਉਂਦੀ ਵੀ ਤੈਨੂੰ ਸਿਲੈਕਟ ਕਰਨ ਦੇ ਵਿੱਚ? ਡਿਸਾਈਡ ਕਰਨਾ ਹੀ ਔਖਾ ਹੋਇਆ ਪਿਆ ਹੈਗਾ ਸਰ। ਡਿਸਾਈਡ ਕਰਨਾ ਔਖਾ, ਕਿਉਂਕਿ ਸਾਰੇ ਹੀ ਗਣਪਤੀ ਜੀ ਜਿਹੜੇ ਸਰੂਪ ਬਣ ਰਹੇ ਹੈਗੇ ਨੇ, ਬਹੁਤ ਵਧੀਆ ਬਣ ਰਹੇ ਹੈਗੇ ਨੇ। ਹਾਂਜੀ, ਉਹਨਾਂ ਵੱਲੋਂ ਦੱਸਿਆ ਕਿ ਕਾਫੀ ਤਰ੍ਹਾਂ ਦੇ ਐਤਕੀ ਗਣਪਤੀ ਲਿਆ ਗਏ ਨੇ, ਕੋਈ ਡਮਰੂ ਵਾਲੇ ਨੇ, ਕੋਈ ਪਗੜੀ ਵਾਲੇ ਨੇ। ਜਿੱਦਾਂ ਕਿ ਤੁਸੀਂ ਚੋਇਸ ਕੀਤੀ ਹੈ, ਤੇ ਕਿੱਦਾਂ ਤੁਹਾਨੂੰ ਲੱਗੀ ਰਿਹਾ? ਬਹੁਤ ਵਧੀਆ ਸਰ, ਨਵੀਂ ਨਵੀਂ ਵਰਾਇਟੀ ਆ ਹਰ ਸਾਲ ਦੀ ਤਰ੍ਹਾਂ ਦੇ। ਚੋਇਸ ਕਰਨੀ ਥੋੜੀ ਈਜ਼ੀ ਹੋ ਰਹੀ ਹੈ ਕਿ ਮੁਸ਼ਕਿਲ ਹੋ ਰਹੀ ਹੈ? ਮੁਸ਼ਕਿਲ ਹੋ ਰਹੀ ਹੈ ਸਰ।
ਮਤਲਬ ਕਿ ਚੀਜ਼ ਹਰ ਕੋਈ ਚੀਜ਼ ਸੋਹਣੀ ਬਣੀ ਹੋਈ ਹੈ, ਸਰੂਪ ਬਹੁਤ ਸੋਹਣੇ ਬਣੇ ਹੋਏ ਆ ਸਰ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਤਿਆਰ ਵੀ ਕੀਤੇ ਜਾ ਰਹੇ ਗਣਪਤੀ ਜੀ, ਤੁਸੀਂ ਦੇਖ ਸਕਦੇ ਹੋ ਸਜਾਵਟ ਕਿੰਨੀ ਸੋਹਣੀ ਕੀਤੀ ਜਾ ਰਹੀ ਹੈ, ਜਿਹੜੇ ਕਿ ਡਿਮਾਂਡ ਵੀ ਜਿਹੜੇ ਵਿਅਕਤੀ ਇੱਥੇ ਗਣਪਤੀ ਜੀ ਉਤਸਵ ਦੇ ਲੈਣ ਆ ਰਹੇ ਅਤੇ ਅਲੱਗ ਅਲੱਗ ਡਿਮਾਂਡ ਵੀ ਹੋ ਰਹੀ ਹੈ ਉਹਨਾਂ ਨੇ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਕਿੰਨੇ ਪਿਆਰ ਦੇ ਨਾਲ ਕਿੰਨੇ ਤਰੀਕੇ ਨਾਲ ਤੁਸੀਂ ਜਿਹੜੇ ਉਹਨਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਦਿਖਾਇਆ ਕਿ ਗਣਪਤੀ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ, ਇੱਕ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਲੱਡੂ ਗੋਪਾਲ ਜੀ ਤਰ੍ਹਾਂ ਜਿਹੜੇ ਪਗੜੀ ਵਾਲੇ ਗਣਪਤੀ ਜੀ, ਕਿੰਨੇ ਸੋਹਣੇ ਇਹਨਾਂ ਨੇ ਹੈਂਡਮੈਡ ਤਿਆਰ ਕੀਤੇ ਗਏ ਨੇ ਜਿਹੜੇ ਕਿ ਕਾਫੀ ਸਾਰੇ ਸੁੰਦਰ ਲੱਗ ਰਹੇ ਨੇ। ਤੁਸੀਂ ਕਿੰਨੇ ਤਰ੍ਹਾਂ ਦੇ ਤੁਸੀਂ ਦੇਖ ਜਿਹੜੇ ਗਣਪਤੀ ਇੱਥੇ ਮਹਾਰਾਜ ਜੀ ਉਤਸਵ ਦੇ ਵਿੱਚ ਕੋਈ ਵੀ ਆਉਂਦਾ ਜਿਹੜੇ ਕਨਫਿਊਜ਼ਨ ਵੀ ਉਹਦੇ 'ਚ, ਜਿਹੜੇ ਗਣਪਤੀ ਮਹਾਰਾਜ ਜੀ ਹੈ ਕਾਫੀ ਤਰ੍ਹਾਂ ਦੇ ਇੱਥੇ ਲੈ ਗਏ ਨੇ। ਕੈਮਰਾਮੈਨ ਅਭੈ ਦੇ ਨਾਲ ਰਾਹੁਲ ਸ਼ਰਮਾ, JBTV ਜਲੰਧਰ।